ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਤਿੰਨ ਬੰਦੇ ਮੂੰਹ ਤੇ ਕੱਪੜਾ ਬੰਨ ਕੇ ਇੱਕ ਘਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾਅ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਮੁਕੱਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ FIR ਤੇ ਇਸ ਇੰਸੀਡੈਂਟ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਨੇ ਵੱਖ ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਤਿੰਨੋਂ ਬੰਦਿਆਂ ਦੀ ਸ਼ਨਾਖਤ ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ। ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ। ਥੈਂਕ ਯੂ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਤਿੰਨ ਬੰਦੇ ਮੂੰਹ ਤੇ ਕੱਪੜਾ ਬੰਨ ਕੇ ਇੱਕ ਘਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾਅ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਮੁਕੱਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ FIR ਤੇ ਇਸ ਇੰਸੀਡੈਂਟ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਨੇ ਵੱਖ ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਤਿੰਨੋਂ ਬੰਦਿਆਂ ਦੀ ਸ਼ਨਾਖਤ ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ। ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ। ਥੈਂਕ ਯੂ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਤਿੰਨ ਬੰਦੇ ਮੂੰਹ ਤੇ ਕੱਪੜਾ ਬੰਨ ਕੇ ਇੱਕ ਘਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾਅ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਮੁਕੱਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ FIR ਤੇ ਇਸ ਇੰਸੀਡੈਂਟ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਨੇ ਵੱਖ ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਤਿੰਨੋਂ ਬੰਦਿਆਂ ਦੀ ਸ਼ਨਾਖਤ ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ। ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ। ਥੈਂਕ ਯੂ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਤਿੰਨ ਬੰਦੇ ਮੂੰਹ ਤੇ ਕੱਪੜਾ ਬੰਨ ਕੇ ਇੱਕ ਘਰ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਲੇਡੀ ਆਪਣੇ ਆਪ ਆਪਣਾ ਬਚਾਅ ਕਰਨ ਲਈ ਘਰ ਦੀ ਕੁੰਡੀ ਮਾਰ ਕੇ ਤੇ ਸੋਫਾ ਅੱਗੇ ਕਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਹਦੇ ਤਹਿਤ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਮੁਕੱਦਮਾ ਨੰਬਰ 80 ਥਾਣਾ ਵੇਰਕਾ ਰਜਿਸਟਰ ਕੀਤਾ FIR ਤੇ ਇਸ ਇੰਸੀਡੈਂਟ ਦੀ ਸੰਜੀਦਗੀ ਨੂੰ ਦੇਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਨੇ ਵੱਖ ਵੱਖ ਟੀਮਾਂ ਬਣਾਈਆਂ ਤੇ ਸਾਨੂੰ ਤੇ ਅਸੀਂ ਤਿੰਨੋਂ ਬੰਦਿਆਂ ਦੀ ਸ਼ਨਾਖਤ ਕਰ ਲਈ ਹੈ ਤੇ ਅਸੀਂ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਵੀ ਕਰ ਲਾਂਗੇ। ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਲਾਅ ਐਂਡ ਆਰਡਰ ਤੇ ਪੀਸ ਰੱਖਣ ਲਈ ਵਚਨਬੱਧ ਹੈ। ਥੈਂਕ ਯੂ।